ਲਓ ਬਈ ਸੱਜਣੋ ਮਿੱਤਰੋ ਮਿਲਿਓ, ਕਿੱਦਾਂ ਜੀ ਸਾਰੇ ਠੀਕ ਠਾਕ ਹੋ? ਵਧੀਆ, ਰੱਬ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ। ਜਿਹਦਾ ਸੀ ਇੰਤਜ਼ਾਰ ਆਪਾਂ ਨੂੰ ਸਿੱਧੂ ਭਾਈ ਦਾ ਗਾਣਾ ਕਦੋਂ ਆਏਗਾ ਕਦੋਂ ਆਏਗਾ, ਫਾਈਨਲੀ ਜੀ 410 ਦਾ ਟੀਜ਼ਰ ਆ ਗਿਆ ਜੀ ਸਿੱਧੂ ਮੂਸੇ ਵਾਲਾ, ਸਨੀ ਮਾਲਟਨ। ਅੱਛਾ, ਸਨੀ ਮਾਲਟਨ ਦੇ ਚੈਨਲ 'ਤੇ ਆਇਆ ਜੇ, ਅਤੇ ਸਭ ਤੋਂ ਪਹਿਲੇ ਆਪਾਂ ਟੀਜ਼ਰ ਬਾਰੇ ਗੱਲ ਕਰ ਲੈਂਦੇ ਹਾਂ। ਸਿੱਧੂ ਮੂਸੇ ਵਾਲਾ, ਸਨੀ ਮਾਲਟਨ ਦੋਵੇਂ ਆਰਟਿਸਟ ਨੇ, ਅਤੇ ਜੀ ਚਲੋ ਬਾਕੀ ਆਪਾਂ ਪਹਿਲੇ ਟੀਜ਼ਰ ਨਾ ਵੇਖ ਲਈਏ। ਟੀਜ਼ਰ ਵੇਖੀਏ, ਲਿਰਿਕਸ ਵੇਖ ਲਓ ਕਿੰਨੇ ਨੇ। ਹੈਂ, ਲਿਰਿਕਸ ਵੇਖੋ ਕਿੰਨੇ ਨੇ। 10 April 2024 ਨੂੰ ਪੂਰਾ ਗਾਣਾ ਜਿਹੜਾ ਜੀ ਇਸੇ ਹੀ ਚੈਨਲ 'ਤੇ, ਸਨੀ ਮਾਲਟਨ ਦੇ ਮੇਰੇ ਖਿਆਲ ਚੈਨਲ 'ਤੇ ਆ ਰਿਹਾ ਇਸ ਦਫ਼ਾ ਸਿੱਧੂ ਭਾਈ ਦਾ ਗਾਣਾ। ਅਤੇ ਤੁਹਾਨੂੰ ਦੱਸ ਦਿੰਦੇ ਹਾਂ ਜੀ, ਟਾਈਮਿੰਗ ਦੱਸ ਦਈਏ। ਇੰਡੀਆ 10 April, ਮਤਲਬ ਕਿ ਕੱਲ੍ਹ, ਅੱਜ ਨੂੰ ਕੱਲ੍ਹ ਕੱਲ੍ਹ ਆ ਰਿਹਾ ਈਦ ਦੇ ਮੌਕੇ 'ਤੇ, ਹੋ ਸਕਦਾ ਈਦ ਕੱਲ੍ਹ ਹੋ, ਕੱਲ੍ਹ ਹੋ ਵੀ ਸਕਦੀ ਹੈ ਨਾ, ਨਹੀਂ ਵੀ ਹੋ ਸਕਦੀ ਈਦ ਦਾ ਜੇਕਰ। ਅੱਛਾ, ਸਵੇਰ 7:30 ਕੈਨੇਡੀਅਨ ਟਾਈਮ, ਸ਼ਾਮ ਨੂੰ 5 ਇੰਡੀਅਨ ਟਾਈਮ, ਅਤੇ 12:30 ਜੀ ਜਰਮਨੀ ਦਾ ਟਾਈਮ, ਅਤੇ ਯੂ ਐੱਸ 'ਚ ਸਵੇਰ 4:30, ਮਤਲਬ 10 April ਨੂੰ ਜਿਹੜਾ ਇਹ ਆਏਗਾ। ਆਪਣੇ ਕੋਲ ਸ਼ਾਮ ਨੂੰ ਹੋ ਗਿਆ 4:30 ਸ਼ਾਮ, ਇਸ ਟਾਈਮ ਹੀ ਆਏਗਾ, 4:30 ਹਾਂ, ਮਤਲਬ ਕੱਲ ਇਸ ਟਾਈਮ 24 ਰਹਿ ਗਏ ਗਾਣਾ ਆਉਣ 'ਚ। ਤੇ ਚਲੋ ਪਹਿਲੇ ਟੀਜ਼ਰ ਤੇ ਵੇਖਣਾ ਬਣਦਾ ਬਣਦਾ ਜੀ, ਛੱਡਣਾ ਬਣਦਾ ਹੀ ਨਹੀਂ ਹੈ। ਚਲੋ ਜੀ ਟੀਜ਼ਰ ਸੁਣਦੇ ਹਾਂ ਕਿੱਦਾਂ ਦਾ ਟੀਜ਼ਰ। ਸਨੀ ਮਾਲਟਨ ਟਿੱਬਾ ਬਰੋ, ਯਾਰ ਸਾਰਾ ਹੀ ਸਰਪ੍ਰਾਈਜ਼ ਰੱਖਦਾ, ਮਤਲਬ ਰਵੀਲ ਬੋਲ ਨਹੀਂ ਕੀਤਾ ਕੋਈ ਬੋਲ, ਮੈਂ ਚੈੱਕ ਕਰ ਰਿਹਾ ਸੀ ਕਿ ਕੋਈ ਬੋਲ ਜਿਹੜਾ ਉਹ ਤੇ ਨਿਕਲੇ, ਕੋਈ ਬੋਲ ਨਹੀਂ ਨਿਕਲਿਆ ਜਿਹੜਾ ਬੋਲ ਨਹੀਂ ਕੱਢਿਆ। ਪਰ ਪੁਰਾਣੇ ਜਿਹੜੇ ਨੇ ਗਾਣੇ ਉਹਨਾਂ ਨੂੰ ਥੋੜਾ ਟੱਚ ਮੱਚ ਹਲਕਾ ਥੋੜਾ ਥੋੜਾ ਕਰਕੇ, ਜਦੋਂ ਸਿਰਫ ਉਹਨੂੰ ਦੱਸਿਆ ਕਿ ਅਸੀਂ ਆ ਗਏ ਆ ਤੇ ਹੁਣ ਟੀਜ਼ਰ ਦੇ ਉੱਤੇ ਆਪਾਂ ਕੀ ਕਹਿ ਸਕਦੇ ਆ ਕਿ ਟੀਜ਼ਰ ਨੇ ਤੇ ਕੋਈ ਹਲਕਾ ਫੁਲਕਾ ਕੋਈ ਟੋਨ ਦਿੰਦੇ, ਕੋਈ ਬੋਲ ਦਿੰਦੇ, ਬੰਦਾ ਸੋਚਦੇ ਕਿ ਇਹਨਾਂ ਨੇ ਕਿਸ ਚੀਜ਼ ਦੇ ਬਾਰੇ ਚ ਬਣਾਇਆ ਜਾਂ ਕਿੱਥੋਂ ਬਣਾਇਆ। ਅੱਛਾ, ਇਹਦਾ ਟਾਈਟਲ ਵੀ 410 ਰੱਖਿਆ ਗਿਆ, ਔਰ 410 ਕੀ ਮਤਲਬ ਹੋਏਗਾ, 4 ਨਹੀਂ 10 ਚੌਥਾ ਮਹੀਨਾ, ਵੈਸੇ 410 410 ਕੀ ਹੋ ਸਕਦਾ, 410 ਮੇਰੇ ਖਿਆਲ ਚ ਕੋਈ ਵੈਪਨ ਜਾਂ ਕੋਈ ਧਾਰਾ ਜਿਵੇਂ 295 ਸੀ ਜਾਂ ਕੋਈ ਏਦਾਂ ਦਾ, ਜਿੱਦਾਂ ਕੁਛ ਵਿੱਚ ਹੋਏਗਾ ਜ਼ਰੂਰ ਕੋਈ ਐਸੀ ਚੀਜ਼ ਸਰਪ੍ਰਾਈਜ਼ ਹੀ। 410
ਸਿੱਧੂ ਭਾਜੀ ਨੇ ਕਿਹਾ ਸੀ ਲੋਕ ਜੋ ਮਰਜ਼ੀ ਕਹਿੰਦੇ ਰਹਿਣ, ਮੇਰਾ ਭਰਾ ਸੀ, ਮੇਰਾ ਭਰਾ ਹੈ, ਮੇਰਾ ਭਰਾ ਰਹੇਗਾ। ਅੱਛਾ 410 ਸ਼ਾਟਗਨ ਚੈੱਕ ਕਰੀਏ, ਉਹ ਜਿਹਨੂੰ ਦਨਾਲੀ ਆਪਾਂ ਆਉਂਦੇ ਹਾਂ ਉਹ ਵੀ ਉਹਨੂੰ 410 ਬੋਰ ਹੁੰਦੀ ਹੈ। 410 ਬੋਰ ਇਜ਼ ਵਨ ਆਫ ਦਾ ਸਮਾਲੈਸਟ ਕੈਲੀਬਰ ਆਫ ਸ਼ਾਟਗਨ ਹੈ। ਮੇ ਬੀ ਕੀ ਲੱਗਦਾ ਕਿ 410 ਜਿਹੜੀ, ਸਿੱਧੂ ਭਾਜੀ ਨੂੰ ਆਪਾਂ ਕਈ ਉਹਨਾਂ ਦੇ ਇੰਟਰਵਿਊ ਸੁਣੇ ਨੇ, ਉਹਨਾਂ ਕੋਲ ਇੱਕ ਮੈਂ ਇੰਟਰਵਿਊ ਸੁਣਦੇ ਸੀ, ਕਹਿੰਦਾ ਤੁਹਾਨੂੰ ਕਿਹੜੀ ਹੀਰੋਇਨ ਪਸੰਦ ਹੈ, ਤੁਹਾਨੂੰ ਕਿਹੜੀ ਐਕਟਰਸ ਪਸੰਦ ਹੈ, ਕਹਿੰਦਾ ਇਹ ਸਵਾਲ ਨਾ ਮੇਰੇ ਕੋਲ ਪੁੱਛੋ, ਮੈਨੂੰ ਇਹ ਪੁੱਛੋ ਤੈਨੂੰ ਕਿਹੜੀ ਗੱਲ ਪਸੰਦ ਹੈ, ਤੈਨੂੰ ਕਿਹੜੀ ਗੱਡੀ ਪਸੰਦ ਹੈ, ਮੈਨੂੰ ਇਹਨਾਂ ਚੀਜ਼ਾਂ ਦੇ ਬਾਰੇ, ਕਿਉਂਕਿ ਉਹਨਾਂ ਨੂੰ ਗੱਲਾਂ ਦਾ ਬੜਾ ਸ਼ੌਕ ਸੀ। ਤੁਹਾਨੂੰ ਕੀ ਲੱਗ ਰਿਹਾ ਕਿ 410 ਜਿਹੜਾ ਇਹ ਸਿਰਫ ਡੇਟ ਦੇ ਉੱਤੇ ਮਤਲਬ ਸਪੈਸ਼ਲ ਲਿਆਉਣਾ ਕਿ ਉਸੇ ਹੀ ਤਰੀਕ ਦੇ ਉੱਤੇ ਅਨਾਉਂਸ ਕਰਨਾ ਦਾ ਸੌਂਗ ਦਾ, ਤਾਂ ਉਹਨਾਂ ਨੇ ਫਿਰ ਡੇਟ ਵੀ ਉਹੀ ਮੈਂਸ਼ਨ ਕੀਤੀ ਹੈ ਕਿ ਇਸ ਤਰੀਕ ਨੂੰ ਵੀ ਆ ਜਾਏਗਾ, ਇਸੇ ਹੀ ਡੇਟ ਨੂੰ ਜਿਹੜਾ ਗੀਤ ਲੈ ਕੇ ਆਉਣਾ, ਇਸੇ ਡੇਟ ਨੂੰ ਆਏਗਾ। ਕਿੰਨੇ ਮਿੰਟ ਦਾ ਗਾਣਾ ਹੋਣ ਵਾਲਾ ਹੈ? ਗਾਣਾ ਹੋਏਗਾ ਤਾਂ ਤੂੰ ਬਣਾਉਣਾ, ਤੇ ਇਹਨੇ ਤਾਂ 2.5-3 ਮਿੰਟ ਦਾ, 2.5 ਮਿੰਟ ਦਾ ਵੀ ਹੋਣਾ ਹੈ ਮੇਰੇ ਖਿਆਲ, ਜੇ 3-4 ਮਿੰਟ ਦੇ ਵਿੱਚ ਤਾਂ ਹੋਏਗਾ ਗਾਣਾ। ਉਹ ਸਰ ਇੰਨੇ ਹੀ ਅੱਜ ਕੱਲ ਆ ਜਾਂਦੇ ਨੇ 2.5-3 ਦੇ, 2.5-3 ਤੇ ਬਾਕੀ ਤੇ ਜ਼ਿਆਦਾ ਰਹਿੰਦਾ। ਬਾਕੀ ਚਲੋ ਜੀ ਵੇਟ ਕਰੋ ਸਿੱਧੂ ਭਾਈ ਦਾ ਗਾਣਾ, ਆਪਾਂ ਥੋੜੇ ਕਮੈਂਟ ਜਿਹੜੇ ਨੇ ਉਹ ਚੈੱਕ ਆਊਟ ਕਰੀਏ ਕਿ ਜਿਹੜੇ ਸਿੱਧੂ ਭਾਈ ਦੇ ਆਪਣੇ ਫੈਨਸ ਨੇ ਉਹ ਕੀ ਲਿਖ ਰਹੇ ਨੇ ਉੱਤੇ। ਵਿਊਜ਼ ਫ੍ਰੀਜ਼ ਕਰਤੇ ਜੱਟ ਨੇ। ਅੱਛਾ ਜੀ, ਇਹ ਗੱਲ ਤੇ ਹੈ, ਇਹ ਤੇ ਹੋ ਜਾਂਦਾ ਭਾਈ, ਇਹ ਤੇ ਕਿਤੇ ਵਿੱਚ ਕੋਈ ਚੱਕਰ ਹੀ ਕੋਈ ਗਾ। ਅੱਛਾ ਜੀ, ਬਹੁਤ ਸਾਰੇ ਕਮੈਂਟ ਨੇ ਜੀ ਥੱਲੇ, ਮੂਸੇ ਵਾਲਾ ਜੱਟ ਇੱਥੇ ਇੱਕੋ ਬਲੀਏ, ਮੂਸੇ ਵਾਲਾ ਜੱਟ ਇੱਥੇ ਇੱਕੋ ਬਲੀਏ, ਇੱਕੋ ਬਲੀਏ, ਸਾਰਿਆਂ ਨੇ ਇਹੀ ਲਿਖੇ ਹੁੰਦੇ ਨੇ। ਅੱਛਾ, ਕਈਆਂ ਨੇ ਲਿਖਿਆ ਕਿ ਕੌਣ ਕੌਣ ਇਹ ਗਾਣਾ ਸਿੱਧੂ ਭਾਈ ਦੇ ਓਫੀਸ਼ੀਅਲ ਚੈਨਲ 'ਤੇ ਦੇਖਣਾ ਚਾਹੁੰਦਾ, ਲਾਈਕ ਕਰੋ। ਵੇਖੋ ਜੀ, ਸਾਨੂੰ ਤਾਂ ਗਾਣਾ ਚਾਹੀਦਾ ਕਿਤੇ ਵੀ ਆਵੇ, ਫੈਨਸ ਜਿਹੜੇ ਨੇ ਆਉਂਦੇ ਨੇ, ਗੀਤ ਆਉਣਾ ਚਾਹੀਦਾ, ਮਤਲਬ ਸਾਨੂੰ ਗੀਤ ਸੁਣਨ ਨੂੰ ਮਿਲੇ, ਡਜ਼ਨਟ ਮੈਟਰ ਕਿ ਉਹ ਕਿਹੜਾ ਚੈਨਲ ਹੈ। ਲੇਕਿਨ ਸਿੱਧੂ ਭਾਈ ਦੇ ਚੈਨਲ 'ਤੇ ਵੀ ਆ ਜਾਂਦਾ ਤਾਂ ਕੋਈ ਮਸਲਾ ਨਹੀਂ ਸੀ, ਪਰ ਉਹ ਕਿਉਂਕਿ ਸਨੀ ਮਾਲਟਨ ਦੇ ਨਾਲ ਹੈ ਤਾਂ ਉਹਨਾਂ ਦੇ ਚੈਨਲ 'ਤੇ ਵੀ ਆ ਜਾਏਗਾ ਤਾਂ ਕੋਈ ਇਸ਼ੂ ਨਹੀਂ ਹੈ। ਪਰ ਮੈਂ ਤੁਹਾਨੂੰ ਇਹ ਵੀ ਗੱਲ ਦੱਸ ਦਵਾਂ, ਅਗਰ ਸਿੱਧੂ ਭਾਜੀ ਦੇ ਚੈਨਲ 'ਤੇ ਆਉਂਦਾ ਨਾ, ਤੁਸੀਂ ਛੱਡ ਦੋ, ਤੁਸੀਂ ਇਹ ਚੈੱਕ ਕਰਿਓ ਕਿ ਸਿੱਧੂ ਭਾਈ ਦਾ ਗਾਣਾ ਆ ਰਿਹਾ ਉਹ ਕਿਸੇ, ਤੁਸੀਂ ਨਵੇਂ ਚੈਨਲ ਤੇ ਪਾ ਦੋ ਜਿਹਦੇ ਤੇ 0 ਸਬਸਕ੍ਰਾਈਬਰ ਹੈ, ਦੱਸ ਦੋ ਕਿ ਭਾਈ ਜੀ ਇਹ ਗਾਣਾ ਆ ਰਿਹਾ, ਤੁਸੀਂ ਵੇਖਿਓ ਕਿ ਮਿਲੀਅਨਸ ਸ਼ਾਮ ਨੂੰ ਉਹਦੇ ਸਬਸਕ੍ਰਾਈਬਰ ਹੋਣਗੇ, ਪਹਿਲੇ ਪਹੁੰਚ ਜਾਣਗੇ ਮਿਲੀਅਨਸ ਦੇ ਵਿੱਚ, ਲੋਕੀ ਪਹਿਲੇ ਸਬਸਕ੍ਰਾਈਬ ਕਰਕੇ ਬਹਿ ਜਾਣਗੇ ਕਿ ਇਸ ਚੈਨਲ ਦਾ ਗਾਣਾ ਆ ਰਿਹਾ। ਚਲੋ ਬਰਹਾਲ ਇਹ ਹੈ ਕਿ ਜੀ ਵੇਟ ਕਰਦੇ ਹਾਂ, ਕਿਉਂਕਿ ਗਾਣੇ ਦਾ ਕੋਈ ਵੀ ਹਿੰਟ ਜਿਹੜਾ ਸਾਨੂੰ ਨਹੀਂ ਲੱਭਾ, ਕੋਈ ਬੋਲ ਵਿੱਚੋਂ ਲੱਭਦਾ ਤਾਂ ਅਸੀਂ ਆਂਦੇ ਕਿ ਜੀ ਇਹ ਵਾਲਾ ਬੋਲ ਨੇ, ਬੋਲ ਕੋਈ ਕਿੱਥੇ ਲੋ, ਜੇ ਕਿਸੇ ਨੂੰ ਸਮਝ ਨਹੀਂ ਆਇਆ ਟੀਜ਼ਰ ਦੇ ਵਿੱਚ, ਕਿਸੇ ਨੂੰ ਕੀ ਪਤਾ ਚੱਲੇਗਾ ਕਿ ਯਾਰ ਕੀ ਨੇ, ਉਹਨਾਂ ਨੇ ਬੋਲ ਹੀ ਨਹੀਂ ਦਿੱਤਾ। ਚਲੋ ਬਾਕੀ ਆਪਾਂ ਜੀ ਵੇਟ ਕਰ ਰਹੇ ਹਾਂ ਤੇ ਕੱਲ ਨੂੰ ਆ ਜਾਏਗਾ ਗਾਣਾ ਤੇ ਕੱਲ ਵੇਖਾਂਗੇ ਸਾਰਿਆਂ ਨੂੰ ਇੰਤਜ਼ਾਰ ਹੈ ਯਾਰ, ਇਹ ਇਦਾਂ ਦਾ ਮਤਲਬ ਹੋ ਗਿਆ ਈਤਮਾ ਕਾਫਰ ਹੋ ਗਈ। ਕੋਸ਼ਿਸ਼ ਕੱਲ ਨੂੰ ਕਰਾਂਗੇ ਕਿ ਪੂਰਾ ਮਤਲਬ ਕਿ ਜਿਵੇਂ ਹੀ ਗਾਣਾ ਆਵੇ ਤੇ ਸਭ ਤੋਂ ਪਹਿਲੇ ਤੁਹਾਨੂੰ ਰਿਐਕਸ਼ਨ ਜਿਹੜਾ ਵੇਖਣ ਨੂੰ ਮਿਲੇ। ਬਾਕੀ ਮਿਲਦੇ ਹਾਂ ਅਗਲੇ ਵੀਡੀਓ ਵਿੱਚ।